ਤੁਹਾਡੇ ਕੋਲ ਕਿਹੜਾ ਬਿਜ਼ਨਸ ਨਵਾਂ ਆਈਡੀਆ ਹੈ? ਅਚਾਨਕ ਪੁੱਛੇ ਗਏ ਇਸ ਸਵਾਲ ਦਾ ਜਵਾਬ ਨਹੀਂ ਸੋਚਦਾ। ਵਿਸ਼ਵ ਦੇ ਬਹੁਤ ਸਾਰੇ ਲੋਕ ਮੰਨਦੇ ਨੇ ਕਿ ਇਸ ਦਾ ਜਵਾਬ ਤਾਂ ਬਿਜ਼ਨਸ ਮੈਨੇਜਰ ਜਾਂ ਸੂਟ ਬੂਟ ਵਾਲਾ ਹਾਈ ਕੁਆਲੀਫਾਈਡ ਵਿਅਕਤੀ ਹੀ ਦੇ ਸਕਦਾ। ਤੁਹਾਡਾ ਸੋਚਣਾ ਕੁਝ ਹੱਦ ਤੱਕ ਸਹੀ ਵੀ ਹੋ ਸਕਦਾ, ਪਰ ਇਹ 100% ਸਹੀ ਨਹੀਂ ਹੈ। ਪਿੰਡ ਦੀ 10ਵੀਂ ਤੱਕ ਪੜ੍ਹੀ ਮਹਿਲਾ ਵੀ ਆਪਣੇ ਅਨੋਖੇ ਆਈਡੀਏ ਤੋਂ ਲੱਖਾਂ ਦਾ ਕਾਰੋਬਾਰ ਖੜਾ ਕਰ ਚੁੱਕੀ ਹੈ। ਜੀ ਹਾਂ, ਇਹ ਮਹਿਲਾ ਹੈ ਕਨੌਜ ਦੇ ਪਿੰਡ ਗੁੰਦਵਾਂ ਦੀ ਕਿਰਨ ਰਾਜਪੂਤ। ਕਿਰਨ 62 ਸਾਲਾਂ ਦੀ ਹੈ। ਅੱਜ ਉਹ ਖੁਦ ਸਾਲਾਨਾ 25 ਲੱਖ ਰੁਪਏ ਕਮਾ ਰਹੇ ਨੇ ਅਤੇ ਲੋਕਾਂ ਨੂੰ ਰੁਜ਼ਗਾਰ ਦੀ ਸਿਖਲਾਈ ਵੀ ਦੇ ਰਹੇ ਨੇ। ਉਹਨਾਂ ਦੀ ਮਿਹਨਤ ਸਦਕਾ ਗੂਗਲ ਨੇ ਵੀ ਉਹਨਾਂ ਦੀ ਪ੍ਰਸ਼ੰਸਾ ਕੀਤੀ। ਜੇ ਤੁਸੀਂ ਭਰੋਸਾ ਨਹੀਂ ਕਰਦੇ ਤਾਂ ਉਹਨਾਂ ਦੇ ਆਈਡੀਏ ਨੂੰ ਦੇਖੋ। ਛੱਪੜ ਦੇ ਵਿਚਕਾਰ ਬਾਗਾਂ ਅਤੇ ਬਗੀਚਿਆਂ ਦੀ ਹਰਿਆਲੀ ਵਾਲਾ ਇੱਕ ਆਈਲੈਂਡ। 25 ਵੀਘੇ ਦੇ ਛੱਪੜ ਦੇ ਵਿਚਕਾਰ ਇਹ ਆਈਲੈਂਡ ਕਨੌਜ ਵਾਲਿਆਂ ਲਈ ਹੁਣ ਟੂਰਿਸਟ ਸਪੌਟ ਬਣ ਗਿਆ। ਨੌਜਵਾਨ ਇਹਨਾਂ ਦੇ ਛੱਪੜ 'ਚ ਬੋਟਿੰਗ ਕਰਨ ਆ ਰਹੇ ਨੇ। ਛੱਪੜ ਦੀਆਂ ਮੱਛੀਆਂ ਅਤੇ ਆਈਲੈਂਡ ਉੱਤੇ ਉੱਗਦੇ ਫੁੱਲ ਕਿਰਨ ਦਾ ਬਾਗ ਭਰ ਰਹੇ ਨੇ। ਤੁਹਾਨੂੰ ਦੱਸੀਏ ਕਿ ਇਸ ਛੱਪੜ ਅਤੇ ਆਈਲੈਂਡ ਨੂੰ ਰੱਬ ਨੇ ਨਹੀਂ, ਕਿਰਨ ਨੇ ਖੁਦ ਬਣਾਇਆ। ਖੁਦ ਕਿਰਨ ਜੀ ਤੋਂ ਸੁਣੋ ਕਿੱਦਾਂ ਉਹਨਾਂ ਪਹਿਲਾਂ ਕਾਰੋਬਾਰ ਸ਼ੁਰੂ ਕੀਤਾ ਅਤੇ ਫਿਰ ਇਸ ਨੂੰ ਵੱਡਾ ਕੀਤਾ। 2016 ਨੂੰ ਸਰਕਾਰ ਤਰਫ ਸੇ ਯੋਜਨਾ ਆਈ ਥੀ, ਉਸਨੇ ਮੁਝੇ ਪੈਸੇ ਦੀਏ, ਉਸੇ ਮੈਨੇ ਬਣਾਇਆ ਔਰ ਥੋੜੇ ਹਮਨੇ ਆਪਣੇ ਪਾਸ ਸੇ ਵੀ ਪੈਸੇ ਲਗਾਏ। ਹਮਾਰੀ ਮਾਤਾ ਜੀ ਯਹਾਂ ਪੇ ਆਤੀ ਥੀ ਤੋ ਆਸ ਪਾਸ ਸੇ ਪਾਣੀ ਭਰ ਜਾਤਾ ਥਾ। ਪਾਣੀ ਭਰ ਜਾਣੇ ਸੇ ਫਸਲ ਜੋ ਹੈ ਇਤਨੀ ਅੱਛੀ ਨਹੀਂ ਹੋ ਪਾਤੀ ਥੀ, ਲੋਗੋਂ ਕੋ ਵੀ ਨੁਕਸਾਨ ਹੋਤਾ ਥਾ, ਤੋ ਉਸ ਜਗ੍ਹਾ ਕੋ ਉਨ੍ਹੋਂਨੇ ਮਤਸਯ ਵਾਲੇ ਮੇ ਵਿਕਾਸ ਮੇ ਜੋ ਹੈ ਪਰਿਵਰਤਿਤ ਕਰਨੇ ਕਾ ਵਿਚਾਰ ਕੀਆ। ਤਾਂ ਸੁਣਿਆ ਤੁਸੀਂ, ਇਸ ਬਿਜ਼ਨਸ ਆਈਡੀਆ ਤੇ ਕੰਮ ਕਰਨਾ ਸੌਖਾ ਨਹੀਂ ਸੀ। ਕਿਰਨ ਰਾਜਪੂਤ ਨੇ ਸਾਲ 2016 ਵਿੱਚ ਵਾਟਰ ਪਲਾਨ ਸਕੀਮ ਤਹਿਤ 2 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਘਰ ਦੀ ਜਮ੍ਹਾਂ ਪੂੰਜੀ ਅਤੇ ਰਿਸ਼ਤੇਦਾਰਾਂ ਤੋਂ ਮਦਦ ਲੈ ਕੇ 11 ਲੱਖ ਰੁਪਏ ਖਰਚ ਕਰ ਦਿੱਤੇ। 25 ਵੀਘੇ ਵਿੱਚ ਇੱਕ ਛੱਪੜ ਪੁੱਟਿਆ ਗਿਆ ਅਤੇ ਵਿਚਕਾਰ ਫਲਾਂ ਦੇ ਰੁੱਖਾਂ ਦਾ ਆਈਲੈਂਡ ਬਣਾਇਆ ਗਿਆ। 20 ਸੇ 50 ਲੋਕ ਜੋ ਹੈ ਪ੍ਰਤੀਦਿਨ ਬੱਚੋਂ ਸਹਿਤ ਆਤੇ ਰਹਿਤੇ ਯਹੀਂ ਪੇ ਔਰ ਉਨਕੇ ਖਾਨੇ ਕਾ ਵੀ ਯਹੀਂ ਪੇ ਇੰਤਜ਼ਾਮ ਕਰ ਰੱਖਾ ਹੈ, ਜਿਸਸੇ ਵਹਾਂ ਪਰ ਰੁਕ ਕੇ ਘੁੰਮਤੇ ਵੀ ਹੈ, ਇੰਜੋਏ ਵੀ ਕਰਤੇ ਹੈ, ਤੈਰਾਕੀ ਵੀ ਕਰਤੇ ਹੈ, ਬੋਟਿੰਗ ਵੀ ਕਰਤੇ ਹੈ ਔਰ ਫਲੋਂ ਕਾ ਵੀ ਆਨੰਦ ਲੇਤੇ ਹੈ। ਆਈਲੈਂਡ ਤੇ ਅੰਬ, ਅਮਰੂਦ, ਕੇਲਾ, ਨਿੰਬੂ, ਕਰੌਂਦਾ, ਪਪੀਤਾ, ਡਰਮ ਸਟਿਕ ਤੇ ਦਰਖਤ ਨਾਲ ਹੀ ਫੁੱਲਾਂ ਦੇ 2500 ਬੂਟੇ ਲਗਾਏ ਗਏ ਨੇ। ਛੱਪੜ ਵਿੱਚ ਪਾਲੀਆਂ ਜਾਣ ਲੱਗੀਆਂ ਮੱਛੀਆਂ ਜਿਵੇਂ ਕਿ ਕਤਲਾ, ਨੈਨ, ਚਾਈਨੀਜ਼ ਫਿਸ਼, ਸੀਲਨ, ਗ੍ਰਾਸ ਕਟਰ ਅਤੇ ਸਿਲਵਰ, ਯਾਨੀ ਹਰ ਕਿਸਮ ਦੀਆਂ ਮੱਛੀਆਂ। ਮੱਛੀ ਉਤਪਾਦਨ ਸੇ 5 ਸੇ 7 ਲੱਖ ਰੁਪਏ ਹਮਾਰੇ ਬਚ ਜਾਤੇ ਹੈ ਔਰ ਸੇਲਿੰਗ ਜੋ ਹੈ 20 ਸੇ 25 ਲੱਖ ਕੇ ਆਸ ਪਾਸ ਮੇ ਕਰਤੇ ਹੈ, ਜਿਸਸੇ ਜੋ ਹੈ ਰੋਜ਼ਗਾਰ ਵੀ ਕਈ ਲੋਗੋਂ ਕੋ ਦੇ ਕਰ। ਹੁਣ 4 ਸਾਲਾਂ ਬਾਅਦ ਮੱਛੀਆਂ ਉਹਨਾਂ ਲਈ ਪੈਸਾ ਉਗਲ ਰਹੀਆਂ ਨੇ ਅਤੇ ਆਈਲੈਂਡ ਦੇ ਪੌਦੇ ਨੋਟਾਂ ਦੀ ਵਰਖਾ ਕਰ ਰਹੇ ਨੇ। ਉਹਨਾਂ ਬਿਜਲੀ ਲਈ ਆਈਲੈਂਡ ਉੱਤੇ ਸੋਲਰ ਪੈਨਲ ਵੀ ਲਗਾਏ ਨੇ। ਪੁੱਤਰ ਸ਼ੈਲੇਂਦਰ ਇਸ ਸਭ ਦੀ ਸੰਭਾਲ ਕਰਨ ਲਈ ਹੈ। ਸ਼ੈਲੇਂਦਰ ਇਸ ਆਈਲੈਂਡ ਅਤੇ ਮੱਛੀ ਦੇ ਕਾਰੋਬਾਰ ਦੀ ਦੇਖਭਾਲ ਕਰਦੇ ਨੇ। ਇਹ ਬਿਜ਼ਨਸ ਆਈਡੀਆ ਕਨੌਜ ਦੇ ਉਹਨਾਂ ਕਿਸਾਨਾਂ ਨੂੰ ਪ੍ਰੇਰਿਤ ਕਰ ਰਿਹਾ ਜਿਨ੍ਹਾਂ ਨੇ ਖੇਤੀਬਾੜੀ ਵਿੱਚ ਨੁਕਸਾਨ ਝੱਲਿਆ। ਕਿਰਨ ਉਹਨਾਂ ਦੀ ਇੱਕ ਪ੍ਰੇਰਣਾ ਹੈ। ਹੁਣ ਤੁਸੀਂ ਇਹ ਵੀ ਕਹੋਗੇ ਕਿ ਸ਼ਾਨਦਾਰ ਹੈ ਬਿਜ਼ਨਸ ਆਈਡੀਆ ਅਤੇ ਕਮਾਲ ਦੀ ਨੇ ਬਿਜ਼ਨਸ ਵੂਮੈਨ ਕਿਰਨ ਰਾਜਪੂਤ। ਬਿਊਰੋ ਰਿਪੋਰਟ, ETV ਭਾਰਤ। ਟੂ ਵਾਚ 24x7 ਨਿਊਜ਼ ਲਾਈਵ, ਡਾਊਨਲੋਡ ETV ਭਾਰਤ ਐਪ।